ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਆਈ ਹੋਪ ਤੁਸੀਂ ਬਹੁਤ ਜ਼ਿਆਦਾ ਕੈਂਟ ਹੋਵੋਗੇ। ਮੇਰਾ ਨਾਮ ਹੈ ਹਰਸ਼। ਵੈਸੇ ਤਾਂ ਮੈਂ ਇੱਕ ਹੋਰ ਵਲੋਗ ਪਹਿਲਾਂ ਬਣਾਇਆ ਸੀ, ਪਰ ਉਹ ਮੇਰਾ ਪਹਿਲਾ ਅਟੈਂਪਟ ਸੀ, ਅਤੇ ਹੁਣ ਤੋਂ ਮੈਂ ਵਲੋਗਿੰਗ ਸਟਾਰਟ ਕਰਨ ਲੱਗਾ, ਅਤੇ ਹੁਣ ਤੋਂ ਕੰਟੀਨਿਊਸਲੀ ਵਲੋਗ ਆਉਣਗੇ। ਇਹ ਵਲੋਗ ਤਾਂ ਅੱਜ ਹੈਗੇ 31 ਮਾਰਚ, ਹੁਣ ਇਹ ਵਾਲਾ ਵਲੋਗ ਅਪਲੋਡ ਹੋਊਗਾ ਜਾ ਕੇ ਜੂਨ 'ਚ। ਅੱਜ ਮੈਂ ਚੱਲਿਆ ਵਾਂ ਗੁਰਦੁਆਰਾ ਸਾਹਿਬ। ਵੈਸੇ ਮੈਂ ਰੋਜ਼ ਜਾਂਦਾ, ਪਰ ਅੱਜ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਸੀ ਗੁਰਦੁਆਰਾ ਸਾਹਿਬ। ਅਤੇ ਸਭ ਤੋਂ ਪਹਿਲਾਂ ਮੈਂ ਜਾਊਂਗਾ ਸਕੂਲ, ਮੈਂ ਪ੍ਰੀ ਬੋਰਡ ਪੇਪਰਸ ਆ ਉਹ ਸਬਮਿਟ ਕਰਾਉਣੇ ਆ, ਉਸ ਤੋਂ ਬਾਅਦ ਮੈਂ ਜਾਊਂਗਾ ਸਕੂਲ, ਦੈਨ ਉਸ ਤੋਂ ਬਾਅਦ ਮੈਂ ਜਾਊਂਗਾ ਗੁਰਦੁਆਰਾ ਸਾਹਿਬ। ਅਤੇ ਰਾਤ ਦਾ ਅੱਜ ਮੇਰਾ ਪਲੈਨ ਸੀ ਦਰਬਾਰ ਸਾਹਿਬ ਰਾਤ ਹੀ ਰਹਿਣਾ, ਉਹਦਾ ਵਲੋਗ ਵੀ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਆਊਗਾ। ਨੈਕਸਟ ਵਲੋਗ ਵਿੱਚ ਉਹ ਤੁਹਾਨੂੰ ਉਹ ਦਿਖਾਵਾਂਗੇ ਰਾਤ ਦਾ। ਇੱਕ ਮੈਂ ਛੋਟੀ ਜਿਹੀ ਰਿਕੁਐਸਟ ਹੋਰ ਕਰਨਾ ਚਾਹੁੰਦਾ, ਜਿਹੜੇ ਮੇਰੇ ਚੈਨਲ 'ਤੇ ਨਿਊ ਆਏ, ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੂ ਕੀਤਾ, ਉਹਨੂੰ ਜ਼ਰੂਰ ਕਰਿਓ ਲਾਈਕ, ਸ਼ੇਅਰ, ਕਮੈਂਟ। ਕਮੈਂਟ ਕਰਕੇ ਆਪਣੀ ਸੁਜੈਸ਼ਨ ਜ਼ਰੂਰ ਦਿਓ, ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ, ਜਾਂ ਮੇਰੀ ਵੀਡੀਓ 'ਤੇ ਕੀ ਇੰਪਰੂਵਮੈਂਟ ਮੈਂ ਹੋਰ ਕਰ ਸਕਦਾ ਵਾਂ, ਤਾਂ ਮੈਨੂੰ ਜ਼ਰੂਰ ਦੱਸਿਓ। ਚੈਨਲ ਦਾ ਨਹੀਂ ਆ, ਚੈਨਲ ਮੇਰਾ ਪੁਰਾਣਾ ਹੀ ਆ। ਅਤੇ ਚਲੋ ਸਟਾਰਟ ਕਰਦੇ ਹਾਂ ਅੱਜ ਦਾ ਘੈਂਟ ਜਿਹਾ ਦਿਨ ਦੇ ਨਾਲ, ਘੈਂਟ ਜਿਹਾ ਬਲੌਗ। ਹਾਂਜੀ ਹੋ ਗਿਆ, ਬਸ ਮੈਂ ਰੈਡੀ। ਅਤੇ ਬਸ ਮੈਂ ਆਹ ਬਸ ਅੱਜ ਆਹੀ ਮੈਂ ਪਾਉਣਾ, ਥੱਲੇ ਬਲੈਕ ਟੀ ਸ਼ਰਟ ਪਾਈ, ਉੱਪਰ ਸ਼ਰਟ ਪਾਈ, ਨੀਚੇ ਬਲੈਕ ਪੈਂਟ ਪਾਈ, ਬੈਲ ਬੋਟਮ ਦੀ, ਅਤੇ ਸ਼ਾਇਦ ਸ਼ੂਜ਼ ਪਾ ਲੈਣੇ, ਮੈਂ ਰੰਗ ਬਿਰੰਗੇ ਜਿਹੇ ਹੈਗੇ ਮੇਰੇ ਕੋਲ ਪਾ ਲੈਣੇ ਆ। ਅਤੇ ਬਸ ਹੁਣ ਮੈਂ ਸਕੂਲ ਚੱਲਿਆ, ਉੱਥੇ ਜਾ ਕੇ ਬਸ ਆਹ ਪੇਪਰ ਸਬਮਿਟ ਕਰਾਉਣੇ ਆ, ਅਤੇ ਪੇਪਰ ਸਬਮਿਟ ਕਰਾਉਣ ਤੋਂ ਬਾਅਦ ਫਿਰ ਮੈਂ ਗੁਰਦੁਆਰਾ ਸਾਹਿਬ ਜਾਊਂਗਾ, ਤੁਹਾਨੂੰ ਉੱਥੋਂ ਦਾ ਮੈਂ ਲੁੱਕ ਦਿਖਾਊਂ। ਗੁਰਦੁਆਰਾ ਸਾਹਿਬ ਜਿਹੜਾ, ਇੱਥੋਂ ਦਾ ਗੁਰਦੁਆਰਾ ਬਹੁਤ ਜ਼ਿਆਦਾ ਹੀ ਵਧੀਆ, ਵੈਸੇ ਸਾਰੇ ਗੁਰਦੁਆਰੇ ਵਧੀਆ ਹੁੰਦੇ ਆ। ਪਲਾਂਟੇਸ਼ਨ ਇੰਨੀ ਜ਼ਿਆਦਾ ਕੀਤੀ ਹੋਈ ਆ, ਬਹੁਤ ਸੋਹਣਾ ਲੱਗਦਾ ਜਾ ਕੇ, ਬਹੁਤ ਨੇਚਰ ਨਾਲ ਮੀਨਸ ਜੁੜਿਆ ਗੁਰਦੁਆਰਾ ਲੱਗਦਾ ਵਾ। ਅਤੇ ਜਾ ਕੇ ਕਰ ਤੁਹਾਨੂੰ ਮੈਂ ਸਾਰਾ ਵਿਊ ਦਿਖਾ ਦੂੰਗਾ, ਕਿੱਡਾ ਸੋਹਣਾ ਗੁਰਦੁਆਰਾ ਹੈਗਾ, ਅੰਦਰ ਜਾ ਕੇ ਤੁਸੀਂ ਦਰਸ਼ਨ ਕਰ ਲਿਓ। ਮੈਂ ਵੈਸੇ ਰੋਜ਼ ਜਾਂਦਾ, ਮੈਨੂੰ ਉੱਥੇ ਜਾ ਕੇ ਇੰਨਾ ਜ਼ਿਆਦਾ ਮੈਨੂੰ ਮਾਇੰਡ ਮੇਰਾ ਅਤੇ ਸ਼ਾਂਤ ਹੁੰਦਾ ਨਾ, ਕੀ ਦੱਸਾਂ। ਚਲੋ ਹੁਣ ਸਟਾਰਟ ਕਰਦੇ ਹਾਂ ਅੱਗੇ ਦਾ। ਬਸ ਮੇਰੀ ਜਿਹੜਾ ਵਲੋਗ ਆ ਪੂਰਾ ਦੇਖਿਓ, ਐਂਡ ਤੱਕ ਵੇਖਿਓ, ਜ਼ਰੂਰ ਕਰ ਦਿਓ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਚੈਨਲ ਨੂੰ, ਬੈਕਨ ਪ੍ਰੈਸ ਕਰ ਦਿਓ ਕਿ ਤੁਹਾਨੂੰ ਅੱਗੇ ਨਵੇਂ ਵਲੋਗਸ ਮੇਰੇ ਆਉਂਦੇ ਰਹਿਣਗੇ। ਚਲੋ ਸਟਾਰਟ ਕਰਦੇ ਅੱਗੇ ਦਾ। ਰੋਡ ਜਾਂਦਾ ਮੇਰੇ ਸਕੂਲ ਨੂੰ, ਬਹੁਤ ਹੀ ਜ਼ਿਆਦਾ ਬਹੁਤ ਰੋਡ ਆਣਾ ਇਹ ਵਾਲਾ, ਅਤੇ ਆ ਰੋਡ ਦੇ ਆਲੇ ਦੁਆਲੇ ਜਿੱਥੇ ਤੱਕ ਸਕੂਲ ਮੁੱਕਦਾ ਨਹੀਂ ਉੱਥੇ ਤੱਕ ਟ੍ਰੀਸ ਲੱਗੇ ਹੀ ਲੱਗੇ ਆ। ਜਿਹੜਾ ਸਾਡਾ ਪਿੰਡ ਆ, ਇੱਥੇ ਪਿੰਡ ਵਿੱਚ ਨਾ ਬਹੁਤ ਜ਼ਿਆਦਾ ਹਰਿਆਲੀ ਵੀ ਦੇਖਣ ਨੂੰ ਮਿਲਣੀ, ਬਹੁਤ ਜਿਵੇਂ ਕਿ ਗੁਰਦੁਆਰਾ ਸਾਹਿਬ ਤਾਂ ਮੇਨ ਹੈਗਾ ਹੀ ਹੈਗਾ, ਇੱਥੇ ਪਾਰਕਸ ਵੀ ਹੈਗੀਆਂ ਕਈ ਜਗ੍ਹਾ 'ਤੇ, ਅਤੇ ਇੱਥੇ ਜਿਹੜਾ ਪਿੰਡ ਸਾਡੇ ਜ਼ਿਆਦਾਤਰ ਨਾ ਖੇਤ ਖੇਤ ਦਿਖਣੇ ਆ, ਅਤੇ ਇੱਦਾਂ ਸੜਕਾਂ 'ਤੇ ਟ੍ਰੀਸ ਲੱਗੇ ਆ, ਸਟਰੀਟ ਲਾਈਟਸਾਂ ਲੱਗੀਆਂ ਵਾ, ਪੂਰੀ ਸਿਟੀ ਵਾਲਾ ਮਾਹੌਲ ਬਣਦਾ ਇੱਥੇ ਪੂਰਾ। ਦੁਕਾਨ 'ਤੇ ਹੁਣ ਤਾਂ ਪਹਿਲਾਂ ਸਕੂਲ ਜਾਣਾ ਸੀ, ਪਰ ਮੈਂ ਹੁਣ ਸ਼ੋਪ 'ਤੇ ਵੀ ਜਾਣਾ ਵਾ, ਸ਼ੋਪ 'ਤੇ ਜਾ ਕੇ ਪਹਿਲਾਂ ਮੈਂ ਸਕੂਟਰੀ ਲੈ ਜਾਣੀ ਆ, ਸਕੂਟਰੀ ਲੈ ਕੇ ਫਿਰ ਮੈਂ ਸਕੂਲ ਜਾਊਂਗਾ, ਦੈਨ ਮੈਂ ਗੁਰਦੁਆਰਾ ਸਾਹਿਬ ਜਾਊਂਗਾ, ਫਿਰ ਮੈਂ ਘਰ ਜਾਊਂਗਾ, ਅਤੇ ਫਿਰ ਮੈਂ ਜਾਣਾ ਅੰਮ੍ਰਿਤਸਰ ਸ਼ਾਮ ਨੂੰ, ਇਸ ਕਰਕੇ ਮੈਂ ਵਾਰ ਵਾਰ ਕੀ ਤੁਰਨਾ ਅਤੇ ਫਿਰ ਸਕੂਟਰੀ ਲੈ ਜਾਣੀ। ਸਾਰੇ ਮੈਨੂੰ ਜਾਣੇ ਇੰਸਟਾ 'ਤੇ ਵੀ ਫੋਲੋ ਕਰ ਸਕਦੇ, ਨੀਚੇ ਮੇਰੀ ਇੰਸਟਾ ID ਸ਼ੋਅ ਹੁੰਦੀ ਹੋਣੀ ਇੱਥੇ ਕਿਤੇ ਸਕਰੀਨ 'ਤੇ, ਅਤੇ ਜਾ ਕੇ ਇੰਸਟਾ 'ਤੇ ਮੈਨੂੰ ਫੋਲੋ ਕਰ ਸਕਦੇ, ਜੇ ਤੁਸੀਂ ਮੈਨੂੰ DM ਮੈਸੇਜ ਵੀ ਕਰ ਸਕਦੇ, ਮੈਂ ਹਰੇਕ ਦਾ ਰਿਪਲਾਈ ਵੀ ਜ਼ਰੂਰ ਦਊਂਗਾ। ਅਤੇ ਹੁਣ ਬਸ ਸਕੂਲ ਆ, ਦੇਖੋ ਸਕੂਲ ਆ ਚੱਲਿਆ ਕਰਨਾ ਸਕੂਲ, ਇਹਨਾਂ ਨੇ ਵੈਸੇ ਕੱਲ੍ਹ ਦਾ ਕਿਹਾ ਸੀ ਸਬਮਿਟ ਕਰਾਉਣ ਦਾ, ਚਲ ਜਾਣੇ ਕੀਤਾ ਜਾਣ ਦਾ, ਮੈਂ ਕਿਹਾ ਅੱਜ ਜਾਵਾਂਗੇ, ਅੱਜ ਵਲੋਗ ਵੀ ਬਣਾ ਲਾਂਗੇ ਫਿਰ ਜਾ ਕੇ। ਅਤੇ ਜੇ ਤੁਸੀਂ ਚਾਹੁੰਦੇ ਸਕੂਲ ਦਾ ਵਲੋਗ ਵੀ ਵੱਖਰਾ ਬਣਾਉਣ, ਤਾਂ ਮੈਨੂੰ ਦੱਸ ਦਿਓ ਨੀਚੇ, ਮੈਂ ਸਕੂਲ ਦਾ ਵਲੋਗ ਵੀ ਬਣਾ ਦੂੰਗਾ। ਅੱਜ ਡੇ ਵੀ ਬਹੁਤ ਵਧੀਆ, ਧੁੱਪ ਵੀ ਬੜੀ ਚੜ੍ਹੀ, ਪਰ ਹਵਾ ਵੀ ਆਉਣ ਹੀ ਦੇਈ ਹੈ, ਠੰਡੀ ਠੰਡੀ ਮਿੱਠੀ ਮਿੱਠੀ ਹਵਾ ਪੈ ਜਾਂਦੀ ਆ, ਅਤੇ ਦਿਨ ਵੀ ਬੜਾ ਵਧੀਆ ਲੱਗਾ। ਆ ਕਿੱਡਾ ਸੋਹਣਾ, ਦੇ ਨੀਚੇ ਖੇਤ, ਉੱਪਰ ਸਕੂਲ, ਸਕੂਲ ਵੀ ਬਹੁਤ ਸੋਹਣਾ ਅੰਦਰ। ਅਤੇ ਬਸ ਹੁਣ ਪਹੁੰਚ ਚੁੱਕੇ ਹਾਂ ਸਕੂਲ ਪਰ, ਅਤੇ ਦੈਨ ਸਬਮਿਟ ਕਰਾ ਕੇ ਮੈਂ ਗੁਰਦੁਆਰਾ ਸਾਹਿਬ ਜਾਊਂਗਾ, ਤੁਹਾਨੂੰ ਫਿਰ ਦਿਖਾਊਂਗਾ ਉੱਥੋਂ। ਸਕੂਲ ਦਾ ਵਿਊ ਦੇਖ ਲਓ ਅੰਦਰ ਦਾ, ਸਕੂਲ ਮੈਂ ਆ ਗਿਆ, ਅਤੇ ਸਕੂਲ ਤੋਂ ਹੁਣ ਮੈਂ ਸਬਮਿਟ ਕਰਾਉਣਾ, ਬਸ ਥੋੜ੍ਹੀ ਦੇਰ 'ਚ ਅੰਦਰ ਦਾ ਵਿਊ ਸਕੂਲ ਦਾ। ਹੁਣ ਮੈਂ ਸਕੂਲ ਆ ਚੁੱਕਿਆ, ਆਪਣੇ ਸਕੂਲ ਪੇਪਰ ਸਬਮਿਟ ਮੈਂ ਕਰਾ ਦਿੱਤੇ, ਹੁਣ ਮੈਂ ਜਾਣਾ ਗੁਰਦੁਆਰੇ ਸਾਹਿਬ ਸਿੱਧਾ। ਹੁਣ ਆ ਸਕੂਲ ਦਾ ਵਿਊ ਦੇਖ ਲਓ ਪਿੱਛੋਂ, ਬਹੁਤ ਵਧੀਆ ਹਵਾ ਚੱਲਦੀ। ਚਲੋ ਹੁਣ ਗੁਰਦੁਆਰੇ ਸਾਹਿਬ ਜਾਂਦੇ ਹਾਂ।
ਸਾਹਿਬ ਆ ਗਿਆ ਹੁਣ ਅੰਦਰ ਜਾਣੇ ਗੁਰਦੁਆਰੇ ਸਾਹਿਬ ਦੇ ਪਾ ਦੇਖੋ ਗੁਰਦੁਆਰੇ ਸਾਹਿਬ ਹੁਣ ਜੋੜਾ ਘਰ ਜਾਂਦੇ ਹਾਂ ਜੋੜਾ ਲਾਉਣਾ ਆਹ ਜਿਹੜੀ ਚੀਜ਼ ਇੱਥੇ ਗੁਰਦੁਆਰੇ ਸਾਹਿਬ ਦੀ ਹੈ ਗੁਰਮਤਿ ਵਿਦਿਆਲੇ ਇੱਥੇ ਇਹਨਾਂ ਨੂੰ ਕਲਾਸਾਂ ਤਬਲੇ ਦੀਆਂ ਹਰਮੋਨੀਆ ਦੀ ਕਲਾਸਾਂ ਇੱਥੇ ਦਿੱਤੀਆਂ ਜਾਂਦੀਆਂ ਅਤੇ ਰੂਮਸ ਵੀ ਹੈਗੇ ਕਈ ਜਿਹੜੇ ਰਾਤ ਰਹਿਣ ਵਾਸਤੇ ਆਹ ਦਰਬਾਰ ਆ ਆਹ ਜੋੜਾ ਘਰ ਜੋੜਾ ਲਾ ਕੇ ਆਪਣੇ ਸ਼ੂਜ਼ ਲਾ ਕੇ ਫਿਰ ਅੰਦਰ ਜਾਊਂਗਾ ਫਿਰ ਤੁਹਾਨੂੰ ਅੱਗੇ ਤੋਂ ਮੰਗਣਾ ਕੀ ਹੈਗਾ ਇੱਥੇ ਬਹੁਤ ਵਧੀਆ ਜਗ੍ਹਾ ਗੁਰਦੁਆਰੇ ਸਾਹਿਬ ਦੇ ਨੀਚੇ ਵੀ ਪਲੇਸ ਹੈਗੀ ਮੈਂ ਰੋਜ਼ ਜਦੋਂ ਇੱਥੇ ਹੁੰਦਾ ਸ਼ਾਮੀ ਦੇ ਇੱਥੇ ਬੈਠ ਕੇ ਪਾਠ ਕਰਦਾ ਇੱਥੇ ਨੀਚੇ ਬਹੁਤ ਸੰਗਤ ਪਾਠ ਕਰਦੀ ਹੁੰਦੀ ਆ ਇੱਥੇ ਗੁਟਕਾ ਸਾਹਿਬ ਇੱਥੇ ਪਏ ਹੁੰਦੇ ਆ ਬਾਕੀ ਇੱਥੇ ਸਮਾਨ ਉਹਨਾਂ ਦਾ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਵਿਊ ਦਿਖਾਉਂਦੇ ਹਾਂ ਇੱਥੋਂ ਚੜ੍ਹ ਕੇ ਉੱਪਰ ਚੜ੍ਹ ਕੇ ਖਾਸ ਚੜ੍ਹਿਆ ਕਿ ਤੁਹਾਨੂੰ ਸਾਰਾ ਦਿਖਾ ਸਕਾਂ ਇੱਧਰ ਮੇਨ ਗੁਰਦੁਆਰਾ ਸਾਹਿਬ ਦਾ ਦਰਬਾਰ ਉੱਥੇ ਫਾਊਂਟਨ ਬਹੁਤ ਸਾਰਾ ਲੱਗਿਆ ਹੋਇਆ ਕਿੰਨੀ ਜ਼ਿਆਦਾ ਹਰਿਆਲੀ ਗ੍ਰੀਨੀ ਹੈਗੀ ਆ ਉੱਧਰ ਪਾਸੇ ਨੇ ਇੱਕ ਬਹੁਤ ਵੱਡਾ ਹਾਲ ਆ ਜਿੱਥੇ ਸਮਾਗਮ ਚੱਲਦੇ 6 ਜੂਨ ਦੇ ਘੱਲੂਘਾਰੇ ਦੇ ਸਮਾਗਮ ਇੱਥੇ ਹੁੰਦੇ ਆ ਆਹ ਪੂਰੀ ਸਾਰੀ ਲੋਕ ਐਡੇ ਸੋਹਣੇ ਗੁਰਦੁਆਰਾ ਸਾਹਿਬ ਦੇ ਅਤੇ ਮੇਨ ਬਾਬਾ ਜੀ ਦਾ ਘਰ ਆ ਜਿਹੜੇ ਇੱਥੋਂ ਦੇ ਹੈੱਡ ਵਾ ਉੱਧਰਲੀ ਸਾਈਡ ਕਾਰ ਪਾਰਕਿੰਗ ਬੱਸਾਂ ਵਗੈਰਾ ਦੀ ਪਾਰਕਿੰਗ ਆ ਬੱਸਾਂ ਵੀ ਲੱਗੀਆਂ ਹੋਈਆਂ ਸਕੂਲ ਦੀਆਂ ਅਤੇ ਇੱਥੇ ਮੋਟਰਸਾਈਕਲ ਬਾਈਕ ਵਗੈਰਾ ਲਾ ਸਕਦੇ ਹਾਂ ਆਹ ਜਿਹੜੀ ਚੀਜ਼ ਮੇਨ ਐਂਟਰੈਂਸ ਆ ਜਿੱਥੇ ਮੈਂ ਹੁਣ ਖੜਿਆ ਵਾਂ ਕੀ ਕਹਿੰਦੇ ਵਿਦਿਆਲੇ ਆ ਜਿੱਥੇ ਨੂੰ ਕੀਰਤਨ ਵਗੈਰਾ ਸਿਖਾਇਆ ਜਾਂਦਾ ਬਾਹਰ ਦੇ ਬੱਚੇ ਵੀ ਆ ਕੇ ਸਿੱਖ ਸਕਦੇ ਇੱਥੇ ਕੀਰਤਨ ਤਬਲਾ ਵਗੈਰਾ 2 ਟਾਈਮ ਸੰਥਿਆ ਕਰਾਉਂਦੇ ਇੱਥੇ ਇੱਕ ਮੋਰਨਿੰਗ ਕਰਾਉਂਦੇ ਇੱਕ ਦੁਪਹਿਰੇ ਚੱਲਦੀ ਹੁੰਦੀ ਸੰਥਿਆ ਕਿ ਬੱਚਿਆਂ ਨੂੰ ਪੂਰਾ ਗੁਰਮਤ ਵਿੱਦਿਆ ਦਿੱਤੀ ਜਾਂਦੀ ਹੈ ਬਹੁਤ ਮਾਇੰਡ ਫਰੈਸ਼ ਹੁੰਦਾ ਵਾ ਅਤੇ ਤੁਸੀਂ ਇੱਥੇ ਇੱਕ ਵਾਰੀ ਆ ਕੇ ਵਿਜ਼ਿਟ ਜ਼ਰੂਰ ਕਰਿਓ ਅਤੇ ਚਲੋ ਤੁਹਾਨੂੰ ਹੋਰ ਅੱਗੇ ਦਿਖਾਉਂਦੇ ਕੀ ਚੀਜ਼ ਹੈਗੀ ਇੱਥੇ ਆਹ ਮੇਨ ਹਾਲ ਜਿੱਥੇ ਸਮਾਗਮ ਚੱਲਦੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਯਾਦਗਾਰੀ ਦੀਵਾਨ ਇੱਥੇ ਜਿਹੜਾ ਘੱਲੂਘਾਰੇ ਦੇ ਦੀਵਾਨ ਇੱਥੇ ਸੱਜਦੇ ਹੁੰਦੇ ਆ ਵੈਸੇ ਤਾਂ ਹੁਣ ਸਾਰੀ ਪਾਰਕਿੰਗ ਬਣਾਈ ਆ ਵੈਸੇ ਇੱਥੇ ਸਾਹਮਣੇ ਦੀਵਾਨ ਸੱਜਦੇ ਹੁੰਦੇ ਆ ਆਹ ਸਾਰੀ ਪਾਰਕਿੰਗ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਵੱਡਾ ਉਹ ਆਹ ਮੇਨ ਉੱਪਰ ਦੀਵਾਨ ਦੇ ਉੱਪਰ ਲਿਖਿਆ ਹੋਇਆ 13ਵੀਂ ਮੁਖੀ ਜੀ ਦਾ ਨਾਂ 'ਤੇ ਬਣਾਇਆ ਗਿਆ ਦੀਵਾਨ ਹਾਲ ਜਦੋਂ ਇੱਥੇ ਘੱਲੂਘਾਰਾ ਹੁੰਦਾ ਨਾ 6 ਜੂਨ ਉਦੋਂ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਤੁਸੀਂ ਕਿਤੇ ਜਿੱਥੋਂ ਤੱਕ ਮੇਰਾ ਸਕੂਲ ਆਉਣਾ ਉੱਥੋਂ ਤੱਕ ਰਸ਼ ਹੀ ਰਸ਼ ਹੁੰਦਾ ਤੁਸੀਂ ਭਾਵੇਂ ਤੁਰ ਕੇ ਚੱਲਦੇ ਤੁਹਾਨੂੰ ਲੱਗਣਾ ਕਿ ਪਤਾ ਕਿੱਥੇ ਕਿੱਥੇ ਪਹੁੰਚ ਗਏ ਹਾਂ ਰਾਹ ਰਾਹ 'ਚ ਲੰਗਰ ਲੱਗੇ ਹੁੰਦੇ ਇੰਨੇ ਸਾਰੇ ਲੰਗਰ ਤੁਹਾਡੇ ਮੂੰਹ 'ਚ ਪਾਣੀ ਆਈ ਜਾਣਾ ਹੈ ਆਹ ਇੱਥੇ ਫਾਊਂਟੇਨ ਆ ਇਹ ਫਾਊਂਟੇਨ ਮੈਂ ਜਦੋਂ ਕੁਛ ਸਮਾਗਮ ਹੁੰਦਾ ਉਦੋਂ ਚਾਲੂ ਕਰਦੇ ਹਜੇ ਤਾਂ ਕੁਝ ਚਾਲੂ ਨਹੀਂ ਕੀਤਾ ਜਦੋਂ ਚਾਲੂ ਕਰਦੇ ਬੱਚੇ ਵਿੱਚ ਤਿਆਰੀਆਂ ਲਾਉਂਦੇ ਆ ਜਗ੍ਹਾ ਬਹੁਤ ਜ਼ਿਆਦਾ ਸੋਹਣੀ ਬਣਾਈ ਆ ਹਾਂ ਮੈਂਗੋ ਦਾ ਟ੍ਰੀ ਇੱਧਰ ਵੀ ਹੋਰ ਵੀ ਚੀਜ਼ਾਂ ਹੈਗੀਆਂ ਤੁਹਾਨੂੰ ਦਿਖਾਉਣ ਵਾਲੀਆਂ ਲੈ ਕੇ ਜਾਂਦਾ ਹੁਣੇ ਮੈਂ ਗ੍ਰੀਨਰੀ ਬਹੁਤ ਸਾਰੇ ਤਰ੍ਹਾਂ ਦੇ ਇੱਥੇ ਫਲਾਵਰਸ ਲੱਗੇ ਆ ਗੁਰਦੁਆਰੇ ਸਾਹਿਬ ਦੇ ਪਿੱਛੇ ਆਹ ਇੱਥੇ ਹੱਟ ਵਰਗੀ ਚੀਜ਼ ਬਣਾਈ ਬਹੁਤ ਸੋਹਣੀ ਐਂ ਜੰਗਲ 'ਚ ਨਿਕਲ ਕੇ ਹੱਟ ਨਿਕਲਦੀ ਬਹੁਤ ਸੋਹਣੀ ਜਗ੍ਹਾ ਬਣਾਈ ਹੱਟ ਅੰਦਰ ਲੈ ਕੇ ਇੱਦਾਂ ਦੀ ਚੀਜ਼ ਵੇਖੀ ਕਦੀ ਗੁਰਦੁਆਰੇ ਸਾਹਿਬ ਦੇ ਅੰਦਰ ਪਿਛਲੇ ਸਾਈਡ ਗੁਰਦੁਆਰੇ ਸਾਹਿਬ ਦੇ ਅੰਦਰ ਇੱਥੇ ਖੂਹ ਵੀ ਹੈਗਾ ਬਹੁਤ ਵੱਡਾ ਇੱਧਰ ਸਾਈਡ ਤੁਹਾਨੂੰ ਮੈਂ ਉਹ ਲੈ ਕੇ ਦਿਖਾਉਂਦਾ ਹੁਣ ਹੁਣ ਆਹ ਪਿੱਛੇ ਵੈਲ ਖੂਹ ਬਹੁਤ ਵੱਡਾ ਖੂਹ ਆ ਡੂੰਘਾ ਵੀ ਬੜਾ ਹਾਂ ਦੇਖੋ
ਇਹ ਵੀ ਜਦੋਂ ਸਮਾਗਮ ਹੁੰਦੇ ਉਦੋਂ ਚੱਲਦਾ, ਇਹਨਾਂ ਨੇ ਚਲਾਉਣਾ ਵੀ ਨਹੀਂ। ਵੈਲ ਵੀ ਉਦੋਂ ਚੱਲਦਾ ਹੁੰਦਾ, ਅਜੇ ਤਾਂ ਬਹੁਤ ਗੰਦਾ ਜਦੋਂ ਸਮਾਗਮ ਸਟਾਰਟ ਕਰਦੇ ਜਾਂ ਕੋਈ ਵੀ ਇੱਥੇ ਪ੍ਰੋਗਰਾਮ ਹੁੰਦਾ ਸਟਾਰਟ ਕਰ ਦਿੰਦੇ ਹੁੰਦੇ ਆ। ਆਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਵੱਲ